अस्सलाम वालेकुम दोस्तों, एक महीना डेढ़ महीना पहले इहो जी है सीधे नाल दी एक ड्राइवर नाल असा तुहाडी मुलाकात करी ते इंटरव्यू कराए उन्होंने को बचत पूछिए तो कुछ दसाई दोस्तों के कुछ तो कमेंटा पेन भी यार चीमा एक्सप्रेस का इंटरव्यू करो इंशाल्लाह दोस्तों सपोर्ट इवें रही तो टोटल गड्डिया का इंटरव्यू और मालूमात जी तो देसूँ। अस्सलाम वालेकुम सर जी। वालेकुम सलाम सर जी, ये गड्डी अपनी है? जी जी अपनी। अच्छा ये केड़ी गड्डी है सर जी? ये हाईएस्ट टोयोटा है। अच्छा हाईएस्ट टोयोटा ही कुआ दें? जी जी सही है। केड़ा मॉडल है सर जी? 86 मॉडल है 99 का कोटा है। अच्छा 86 मॉडल है 99 का कोटा है। कितना चल रहे हो सर जी? जलालपुर तो मुल्तान। जलालपुर तो मुल्तान चल रहे? जी जी। कितने चक्कर लेंदे वे डेली दे? बस एक चक्कर ही ला गिने। वध तो वध एक चक्कर लेंदे वे या बस मैं लगता ही एक है? बस एक चक्कर ही लगते हैं, तो इलावा कोई ओवर टाइम है कोई बोका आ गई है या कोई होंदे तो वल ला गिने। अच्छा जी जी। कितने गड्डियां है सर जी अपने? दो गड्डियां। ये दोवे गड्डियां ही जलालपुर तो मुल्तान चल रहे? जी जी। डेली दी एक एक गड्डी चक्कर एक एक लेंदी है? जी जी। अमला रखी खड़े वे या खुद चल रहे वे? बस अमला भी होंगे कहीं मेले वाला आप भी शौकिया तौर चक्कर ला गिनने हैं। अच्छा जी जी, ज़्यादा तौर अमला ही होंगे। सही है। जो क्या कमा देते हुए जहाड़ी बचती पिए तो को गड्डी दी से अजकल जेरे हालात चलते बैठना है इंदे मुताबिक ना इतनी महंगाई है, गैस महंगा है जी। उस तो इलावा जेरे बे रोले रिपे हैं अजकल वार्डन पुलिस थी गई, पेट्रोलियम पुलिस थी गई जी, तो अपना आरटी सेक्टरी थी गया जी, ये तो गड्डिया को उठा कटे ने। अच्छा। बाहर ही जुर्माना करने ने कहीं नहीं सुनते कह नहीं कि शेडे थे कह नहीं। अच्छा। बेने दे कागजात पूरे न या कोई मसला है या नहीं जी, बस उन्हें कलम चलावनी है। सही है। ई वजह तो वाल सवारी को अगर किराया ज्यादा गिनना पौधे तो सवारी भी बर्दाश्त नहीं करें दी। अच्छा। ई वजह तो चस कह नहीं हाली कारोबार दी। अच्छा। अगर ये रोले रिपे ना होवन पेट्रोलिंग वार्डन ये वो जी ਤਾਂ ਰੋਜ਼ੀ ਬਚਦੀ ਹੈ। ਅੱਛਾ। ਬੰਦਾ ਖੁਦ ਜਿਵੇਂ ਚਲੇਂਦੇ ਜਾ ਉਹਦੇ ਵਿੱਚ ਰੋਜ਼ੀ ਸਹੀ ਬਣ ਵੈਂਦੀ ਹੈ। ਸਹੀ ਹੈ। ਲੇਕਿਨ ਸਭ ਕੋ ਇਹ ਰੋਲੇ ਖਾਵੇ ਨੇ। ਅੱਛਾ ਜੀ ਜੀ। ਅਤੇ ਅਮਲਾ ਜੋ ਚੱਲਦੇ ਅਮਲੇ ਕੋਲ ਕਿਆ ਤੁਸੀਂ ਦਿਹਾੜੀ ਦਿੰਦੇ ਵੇ ਮਹੀਨਾ ਦਿੰਦੇ ਵੇ ਕਿਆ ਕਰਦੇ ਵੇ? ਬਿਲਕੁਲ ਜਿਵੇਂ ਆਮਦਨ ਹੁੰਦੀ ਹੈ ਗੱਡੀ ਦੀ ਉਹਦੇ ਮੁਤਾਬਿਕ ਦੇਣੇ ਹੈ। ਆਮ ਰੂਟੀਨ ਹੈ 700-800 ਰੁਪਇਆ ਕੈਲੰਡਰ ਗਿਣ ਵੈਂਦੇ। ਅੱਛਾ। ਕੋਈ 800-900 ਡਰਾਈਵਰ ਵੀ ਗਿਣ ਵੈਂਦੇ। ਅੱਛਾ ਜੀ ਜੀ। ਇਹ ਉਸਾ ਜੀ ਗੈਸ 'ਤੇ ਹੈ ਜਾਂ ਡੀਜ਼ਲ 'ਤੇ ਹੈ? ਨਹੀਂ ਗੈਸ 'ਤੇ। ਗੈਸ ਉਸਾ ਜੀ ਦੀ ਕਿਆ ਐਵਰੇਜ ਹੈ? ਗੈਸ ਦੀ ਐਵਰੇਜ 8-9 ਕਿਲੋਮੀਟਰ ਕਰ ਦਿੰਦੀ ਹੈ। 8-9 ਕਿਲੋਮੀਟਰ? ਜੀ ਜੀ। ਨਹੀਂ ਇਹ ਗੱਡੀਆਂ ਉਸਾ ਜੀ ਡੀਜ਼ਲ ਨਾ ਹਨ? ਡੀਜ਼ਲ ਹਨ, ਲੇਕਿਨ ਡੀਜ਼ਲ ਮਹਿੰਗੇ ਤੇ ਆਉਣ ਵਾਲੀ ਦੀ ਵਜ੍ਹਾ ਤੋਂ ਵੱਲ ਸੀ ਐਨ ਜੀ ਆ ਗਈ। ਅੱਛਾ। ਸੀ ਐਨ ਜੀ ਦੇ ਵੱਲ ਚੱਲਦੀਆਂ ਰਹਿ ਗਈਆਂ। ਅੱਛਾ। ਸੀ ਐਨ ਜੀ ਕਹਿੰਦੇ ਹੁਣ ਐਲ ਪੀ ਜੀ 'ਤੇ ਚੱਲਦੀਆਂ ਪੈਣ, ਹਰ ਗੱਡੀ ਐਲ ਪੀ ਜੀ 'ਤੇ ਤਕਰੀਬਨ ਵੱਡੀਆਂ ਗੱਡੀਆਂ ਐਂਡ ਡੀਜ਼ਲ। ਅੱਛਾ। ਬਾਕੀ ਇਹ ਹਈ ਐਸਾਂ ਵਗੈਰਾ ਇਹ ਉਹ ਇਹ ਇਹਦੇ ਉੱਤੇ ਹੀ ਚੱਲਦੀਆਂ ਪੈਣ। ਅਗਰ ਇਹ ਕੋਸ ਅਜੇ ਡੀਜ਼ਲ ਦੇ ਹੋਵੇ ਜੀ ਤਾਂ ਇਹ ਵੱਲ ਕਿਆ ਐਵਰੇਜ ਕਰੇਂਦੀ ਹੈ ਡੀਜ਼ਲ ਦੇ ਉੱਤੇ? ਡੀਜ਼ਲ ਦੇ ਉੱਤੇ ਤਕਰੀਬਨ ਕੋਈ ਕਰੇਂਦੀ ਹੈ 10 ਕਿਲੋਮੀਟਰ 9 ਕਿਲੋਮੀਟਰ 10 ਕਿਲੋਮੀਟਰ ਲੀਟਰ। ਅੱਛਾ। ਲੀਟਰ ਨਾਲ 9 ਕਿਲੋਮੀਟਰ ਕਰੇਂਦੀ ਹੈ ਅਤੇ ਗੈਸ ਨਾਲ ਉਹ ਜਿੱਦੀ ਕਰੇਂਦੀ ਹੈ? ਵੱਲ ਕਿਆ ਫਾਇਦਾ ਤੁਹਾਨੂੰ ਗੈਸ ਕਰਾਉਣ ਦਾ? ਲੇਕਿਨ ਇਹ ਗੈਸ ਕੁਝ ਕੰਟਰੋਲ ਰੇਟ 'ਤੇ ਆ ਵੈਂਦੇ, ਡੀਜ਼ਲ ਤਾਂ ਨਹੀਂ ਆਉਂਦਾ ਨਾ। ਅੱਛਾ। ਹਾਂ ਗੈਸ ਦਾ ਇਹ ਕਿ ਕਈ ਵੇਲੇ ਰੇਟ ਘੱਟਦੇ ਵੈਂਦੇ, ਕਈ ਵੇਲੇ ਵੱਧਦੇ ਵੈਂਦੇ। ਅੱਛਾ। ਮੁਖਤਲਿਫ ਇਹਦੇ ਰੇਟ ਹੁੰਦੇ, ਮਤਲਬ ਗਰਮੀਆਂ ਦੇ ਵਿੱਚ ਇਹ ਜਿਹੜਾ ਨਾ ਸਸਤਾ ਥੀ ਵੈਂਦੇ? ਜੀ ਜੀ। ਇਵੇਂ ਨਾ। ਅੱਛਾ ਸਰ ਜੀ, ਇਹ ਦੋ ਗੱਡੀਆਂ ਜੋ ਹੈਂ ਤੁਹਾਡਾ ਜੀ, ਇਹ ਡੇਲੀ ਦਾ ਤੁਹਾਨੂੰ ਕਿਆ ਪ੍ਰੋਫਿਟ ਕਰਦਾ ਦੇਣੇ ਨੇ? ਡੇਲੀ ਦਾ ਪ੍ਰੋਫਿਟ ਉਹ ਸਹੀ ਮਾਨੇ ਗੱਡੀ ਚੱਲੇ ਤੇ ਵਲਤ ਤਕਰੀਬਨ ਅੰਡੇ ਨੇ, ਅਗਰ ਅਮਲਾ ਵੀ ਹੋਵੇ ਤਾਂ 1000-1500 ਰੁਪਇਆ ਇੱਕ ਗੱਡੀ ਅੰਡੇ ਦੀ ਹੈ, ਇੱਕ ਗੱਡੀ? ਜੀ ਜੀ। ਅੱਛਾ। ਕਈ ਵੇਲੇ ਕੋਈ ਸਹੀ ਹਾਲਾਤ ਉਹਨਾਂ ਨੂੰ ਜ਼ਿਆਦਾ ਵੀ ਮਿਲ ਵੇਣ, ਅਗਰ ਕੋਈ ਪਟੀ ਖਾਣਾ ਪਵਣ ਨਾ ਵੀ ਦੋ ਗੱਡੀਆਂ ਹੈ ਤਾਂ ਡੇਲੀ ਦਾ ਤਾਂ ਕੋਈ 3000 ਰੁਪਇਆ ਬਚਾ ਦੇ। ਜੀ ਜੀ। ਅਮਲੇ ਖਰਚੇ ਸਾਰਾ ਕੁਝ ਕੱਢ ਦੇ, ਸਾਰਾ ਕੁਝ ਕੱਢ। ਕਿੰਨੇ ਦੀ ਉਸਾ ਜੀ ਇਹ ਗੱਡੀ ਹੈ ਜਿਹਦੇ ਵਿੱਚ ਅਸੀਂ ਬੈਠੇ ਹਾਂ? ਇਹ ਗੱਡੀ ਸਹੀ ਉਸੀ ਹੋਣੀ ਟਾਈਮ ਤਕਰੀਬਨ ਕੋਈ 8.5 ਲੱਖ ਰੁਪਏ ਦੀ। ਅੱਛਾ। ਨੈਟ ਕੈਸ਼ 8.5 ਲੱਖ ਰੁਪਏ ਦੀ ਗੱਡੀ ਹੈ ਅਤੇ 1500 ਰੁਪਇਆ ਡੇਲੀ ਦਾ ਕਮਾਉਂਦੇ, ਡੇਲੀ ਦਾ ਖਰਚੇ ਕੱਢਦੇ। ਜੀ ਜੀ। ਅਗਰ ਅਮਲਾ ਨਾ ਵਜੇ ਖੁਦ ਵਜੋ ਤਾਂ ਵੱਲ ਕੋਈ ਜ਼ਿਆਦਾ ਬਚਣ ਦੇ ਚਾਂਸ? ਖੁਦ ਵਜੋ ਤਾਂ ਵੱਲ ਇਹੋ ਕੋਈ ਥੀ ਵੇ ਸੀ ਕਿ ਜਿਹੜਾ ਕਮਿਸ਼ਨ ਅਸਾਂ ਡਰਾਈਵਰ ਕੋ ਦੇ ਸੂੰ ਉਹ ਸਾਕੂ ਬਚ ਵੇ ਸੀ। ਅੱਛਾ ਜੀ ਜੀ। ਸਹੀ ਹੈ। ਦੋਸਤ ਜਿਹੜੇ ਤੁਹਾਨੂੰ ਡੇਤੇ ਬੈਠੇ ਉਹਨਾਂ ਨੂੰ ਕਿਆ ਪੈਗਾਮ ਦਿੰਦੇ ਵੇ, ਕਿਆ ਮਸ਼ਵਰਾ ਦਿੰਦੇ ਵੇ, ਟਰਾਂਸਪੋਰਟ ਦਾ ਕਾਰੋਬਾਰ ਕਿਵੇਂ ਹੈ? ਉਹਨੇ ਕੋਈ ਮਸ਼ਵਰਾ ਦੇਣੇ, ਅਗਰ ਕੋਈ ਖੁਦ ਕਰ ਸਕਦੇ ਜਾ ਟਰਾਂਸਪੋਰਟਰ ਖੁਦ ਗੱਡੀ ਚਲਾ ਸਕਦੇ ਜਾ ਤਾਂ ਉਹ ਤਾਂ ਇਹ ਕਰ ਸਕਦੇ, ਲੇਕਿਨ ਜਿਹੜਾ ਗਿਣ ਕੇ ਨਾ ਬਈ ਅਮਲਾ ਚੱਲ ਸੀ ਜਾ ਇਹਦੇ ਵਿੱਚ ਸਭ ਕੁਝ ਬਚਤ ਹੀ ਸੀ, ਉਹਦਾ ਕੋਈ ਇਹ ਕਹਿ ਨਹੀਂ। ਸਹੀ ਹੈ। ਅਮਲਾ ਨਹੀਂ ਦੇਣਾ? ਅੱਛਾ। ਹਾਂਜੀ। ਮਤਲਬ ਇਹ ਜੋ ਦੋਸਤਾਂ ਵਾਸਤੇ ਕਿਆ ਪੈਗਾਮ ਹੈ, ਇਹ ਹਾਈਐਸਟ ਠੀਕ ਹੈ ਜਾਂ ਲੋਡਰ ਗੱਡੀ ਠੀਕ ਹੈ ਜਾਂ ਬੱਸ ਠੀਕ ਹੈ? ਕਿਉਂਕਿ ਦੋਸਤ ਮੁਖਤਲਿਫ ਇੰਟਰਵਿਊ ਡਿੱਠੀ ਬੈਠੇ ਔਰ ਮੁਖਤਲਿਫ ਜਿਹੜਾ ਨਾ ਉਸਤਾਦਾਂ ਦੇ
मुँह के एक गाल छून लैन जी जी ते तुसा भी कोई मशवरा दे सो जी हवाले दे नाल नहीं देखो जी लोडर गड्डी है ना पहले कुल तो लोडर गड्डी ठीक है अगर उनका काम मुस्तकिल लगा रहंदे इन्ना कर लेती ना जी ਨਦਨ ਬਾਜ਼ੂ ਕਾ ਤੇ ਇਹਦੇ ਲੋਡਰ ਗੱਡੀ ਖੜ ਵੇਲੀ ਮਹੀਨਾ ਮਹੀਨਾ ਖੜੀ ਰਹਿੰਦੀ ਹੈ ਅੱਛਾ ਉਹਦਾ ਕੰਮ ਨਹੀਂ ਮਿਲਦਾ ਸਹੀ ਹੈ ਤੇ ਹਾਈਐਸਟ ਹੈ ਕਿ ਡੇਲੀ ਦੀ ਇਨਕਮ ਇਹਦੀ ਨਗਦ ਨਗਦ ਕਾਰੋਬਾਰ ਹੈ ਅੱਛਾ ਡੇਲੀ ਘਾਟਾ ਨਫਾ ਜੋ ਵੀ ਹੈ ਸ਼ਾਮ ਕੋ ਨਾ ਪੂਰਾ ਹਿਸਾਬ ਬੰਦਾ ਚੈੱਕ ਕਰ ਸਕਦੇ ਸਹੀ ਹੈ ਡੇਲੀ ਦੀ ਇਨਕਮ ਹੈ ਠੀਕ ਹੈ ਉਹਦੇ ਮੁਤਾਬਿਕ ਹਾਈਐਸਟ ਠੀਕ ਹੈ ਅੱਛਾ ਜੇ ਅਗਰ ਬੰਦਾ ਥੋੜ੍ਹਾ ਜਿਹਾ ਆਸਰਾ ਕਰਦੇ ਉਹਦੇ ਵਿੱਚ ਤਾਂ ਉਹ ਲੋਡਰ ਵੀ ਕੰਮ ਠੀਕ ਤੁਸੀਂ 1500 ਰੁਪਏ ਬਚਤ ਅਮਲੇ ਨਾਲ ਨਸੀ ਬੈਠੇ ਜੀ ਹਾਂ ਅਗਰ ਤੁਸੀਂ ਖੁਦ ਦੀਂਦੋ ਤੇ ਵੰਨੋ ਤਾਂ ਵੱਲ ਵੱਲ ਜ਼ਿਆਦੀ ਬਚਤ ਹੈ 2000 ਬਚ ਵੈਂਦੇ 2500 3000 ਸਹੀ ਬਸ ਉਹ ਕਈ ਵੇਲੇ ਸਵਾਰੀ ਨਹੀਂ ਵੀ ਲੱਗਦੀ ਘੱਟ ਸਵਾਰੀ ਆਉਂਦੀ ਹੈ ਵੱਲ ਥੋੜ੍ਹੀ ਬਚਤ ਵੀ ਆਉਂਦੀ ਹੈ ਸਹੀ ਹੈ ਠੀਕ ਸਾਡੇ ਉੱਤੇ ਕਾਰੋਬਾਰ ਦੇ ਉੱਤੇ ਹੁੰਦੇ ਠੀਕ ਹੈ ਸਰ ਜੀ ਬਹੁਤ ਮਿਹਰਬਾਨੀ ਉਮੀਦ ਕਰੇ ਨੇ ਦੋਸਤੋ ਅੱਜ ਦੀ ਵੀਡੀਓ अच्छी लगी हो सी अच्छी लगी है तो सबसक्राइब नहीं भूलना ते नाल ये बेल आइकन को प्रेस की वेसो ताकि हर आने वाली वीडियो का नोटिफिकेशन तुहाडे तक पहुँचे पी आई थैंक करें दोस्तों वीडियो का एंड ते वल मिलते हैं इंशाल्लाह कहीं नेक्स्ट अच्छी वीडियो दे नाल।